ਪੰਜਾਬੀ ਸਿੰਗਰ ਅਤੇ ਐਕਟਰ ਦਿਲਜੀਤ ਦੋਸਾਂਝ ਦਾ ਬੰਬਈ 'ਚ ਲਾਈਵ ਕੌਨਸੈਪਟ ਹੋਇਆ। ਇਸ ਲਾਈਵ ਸ਼ੋਅ ਵਿੱਚ ਦਿਲਜੀਤ ਦੇ ਚੋਣ ਵਾਲੇ ਦੇ ਨਾਲ ਨਾਲ ਬਾਲੀਵੁੱਡ ਦੇ ਕਈ ਸਿਤਾਰੇ ਵੀ ਪਹੁੰਚੇ ਹੋਏ ਸੀ ਅਤੇ ਦਿਲਜੀਤ ਦੇ ਗੀਤਾਂ ਵਿੱਚ ਖੂਬ ਮਸਤੀ ਕਰਦੇ ਹੋਏ ਨਜ਼ਰ ਆਏ। ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਅਤੇ ਇਸੇ ਦੌਰਾਨ ਦਿਲਜੀਤ ਨੇ ਆਪਣੀ ਜੈਕਟ ਉਤਾਰ ਕੇ ਆਪਣੀ ਇੱਕ ਫੀਮੇਲ ਫੈਨ ਨੂੰ ਦੇ ਦਿੱਤਾ। ਉਹਨਾਂ ਦੀ ਫੀਮੇਲ ਫੈਨ ਵੀ ਇਸ ਜੈਕਟ ਨੂੰ ਹਾਸਲ ਕਰਨ ਤੋਂ ਬਾਅਦ ਕਾਫ਼ੀ ਖੁਸ਼ ਦਿਖਾਈ ਦਿੱਤੀ। ਦਿਲਜੀਤ ਤੋਂ ਜੈਕਟ ਹਾਸਲ ਕਰਨ ਤੋਂ ਬਾਅਦ ਫੈਨ ਨੇ ਕਿਹਾ ਕਿ ਉਹ ਦਿਲਜੀਤ ਨੂੰ ਬਹੁਤ ਪਿਆਰ ਕਰਦੀ ਹੈ, ਉਹਨਾਂ ਦੀ ਗਾਇਕੀ, ਉਹਨਾਂ ਦੀ ਐਕਟਿੰਗ ਅਤੇ ਉਹਨਾਂ ਦੀ ਡਰੈਸਿੰਗ ਸੈਂਸ ਦੀ ਕਾਇਲ ਹੈ। ਫੈਨ ਨੇ ਕਿਹਾ ਕਿ ਉਹ ਦਿਲਜੀਤ ਨੂੰ ਇੱਕ ਵਾਰ ਕੋਲੋਂ ਦੀ ਦੇਖਣਾ ਚਾਹੁੰਦੀ ਸੀ, ਇਸ ਲਈ ਮੈਂ ਪਹਿਲਾਂ ਤੋਂ ਹੀ ਟਿਕਟ ਬੁੱਕ ਕੀਤੀ ਹੋਈ ਸੀ ਅਤੇ ਜਦੋਂ ਮੈਂ ਦਿਲਜੀਤ ਨੂੰ ਜੈਕਟ ਲਈ ਰਿਕੁਐਸਟ ਕੀਤੀ ਤਾਂ ਉਹਨਾਂ ਨੇ ਮੈਨੂੰ ਆਪਣੀ ਜੈਕਟ ਦੇ ਦਿੱਤੀ। ਸੱਚੀ ਇਹ ਵਾਲਾ ਦਿਲ ਮੈਂ ਜ਼ਿੰਦਗੀ 'ਚ ਕਦੇ ਨਹੀਂ ਭੁੱਲ ਸਕਦੀ। ਦਿਲਜੀਤ ਨੇ ਆਪਣੀ ਜੈਕਟ ਦੇ ਕੇ ਮੇਰੇ ਦਿਲ ਨੂੰ ਖਾਸ ਬਣਾ ਦਿੱਤਾ। ਦਿਲਜੀਤ ਨੂੰ ਬਹੁਤ ਸਾਰਾ ਪਿਆਰ। ਸੋ ਦਿਲਜੀਤ ਦੋਸਾਂਝ ਦੀ ਇਸ ਦਰਿਆ ਦਿਲੀ ਅਤੇ ਆਪਣੇ ਫੈਨਸ ਨੂੰ ਇਸ ਤਰ੍ਹਾਂ ਪਿਆਰ ਅਤੇ ਸਤਿਕਾਰ ਦੇਣ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਆਪਣੀ ਰਾਏ ਸਾਂਝੇ ਕਰ ਦਿਓ। ਧੰਨਵਾਦ ਜੀ।